ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ ਵਿੱਚ ਪੜ੍ਹ ਰਹੇ ਹੋਟਲ ਮੈਨੇਜਮੈਂਟ ਦੇ ਦੋ ਸਟੂਡੈਂਟ ਮਾਮੂਲੀ ਜਿਹੀ ਗੱਲ ਦੇ ਪਿੱਛੇ ਇੱਕ ਦੂਜੇ ਦੇ ਨਾਲ ਬੁਰੀ ਤਰ੍ਹਾਂ ਭਿੜ ਗਏ। ਇਹਨਾਂ ਵਿੱਚੋਂ ਇੱਕ ਸਟੂਡੈਂਟ ਤਰਨ ਨੇ ਆਪਣੇ ਸਾਥੀ ਦੇ ਉੱਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਹਦੇ ਵਿੱਚ ਉਹਦਾ ਸਾਥੀ ਮਾਨਵ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸੋਹਾਣਾ ਪੁਲਿਸ ਨੇ ਜ਼ਖਮੀ ਛਾਤਰ ਦੇ ਪਿਤਾ ਦੀ ਸ਼ਿਕਾਇਤ ਤੇ ਮੁਲਜ਼ਮ ਤਰਨ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਹੈ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਹੈ। ਇਸ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ, ਪਰ ਮਾਨਵ ਦੇ ਪੇਟ ਵਿੱਚ ਚਾਕੂ ਲੱਗਣ ਦੇ ਕਾਰਨ ਉਹਦੀ ਹਾਲਤ ਗੰਭੀਰ ਹੈ। DSP ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਇਸ ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ। ਬੇਸਿਕਲੀ ਇਹਦੇ ਕੋਰਸ ਕਰਦੇ ਉਹਦੇ ਵਿੱਚ ਹੀ ਆਪਣੇ ਦੋ ਬੱਚਿਆਂ ਦਾ ਝਗੜਾ ਹੋਇਆ ਸੀਗਾ। ਬੇਸਿਕ ਮਾਨਵ ਜਿਹੜਾ ਮਜਰੂਬ ਹੈ, ਇਹਦੇ ਤਰੁਣ ਜਿਹੜਾ ਕਿਊਜ਼ ਹੈ ਜਿਹੜਾ ਪਟਿਆਲੇ ਦਾ, ਉਹਨੇ ਕੋਈ ਤਿੱਖੀ ਚੀਜ਼ ਮਾਰੀ ਸੀਗੀ ਜਿਹਦੇ ਨਾਲ ਉਹਦੇ 'ਤੇ ਕਾਫੀ ਡੀਪ ਚਲੇ ਗਈ ਸੀਗੀ, ਜਿਹਦੇ 'ਤੇ ਅਸੀਂ ਮੁਕੱਦਮਾ ਨੰਬਰ 264 ਡੇਟਡ 3/3/24 ਅੰਡਰ ਸੈਕਸ਼ਨ 115, 109, 3/5 ਆਫ BNS ਦੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਲਿਆਂਦੀ ਸੀਗੀ ਅਤੇ ਇਹਦੇ ਵਿੱਚ ਜਿਹੜਾ ਮੇਨ ਅਕਿਊਜ਼ਡ ਹੈ ਉਹ ਕੱਲ੍ਹ ਅਸੀਂ ਉਹਦੀ ਅਰੈਸਟ ਪਾ ਲਈ ਸੀਗੀ, ਜਿਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ। ਜਿੱਥੇ ਇਹਨਾਂ ਦਾ ਇੱਕ ਪ੍ਰੈਕਟੀਕਲ ਕੀਤਾ ਜਾ ਰਿਹਾ ਸੀਗਾ, ਹੋਟਲ ਮੈਨੇਜ ਦੇ ਪ੍ਰੈਕਟੀਕਲ ਦੌਰਾਨ ਹੀ ਕੁਛ ਬਣਾਉਂਦੇ ਹੀ ਕੋਈ ਕਿਸੇ ਗੱਲ ਤੋਂ ਇਹਨਾਂ ਦੀ ਤੈਸ਼ 'ਚ ਆ ਕੇ ਉਹਨੇ ਦੋਵੇਂ ਆਪਸ 'ਚ ਲੜਿਆ। ਦੂਜੇ ਦੇ ਵੀ ਸੱਟ ਹੈਗੀ ਹੈ, ਵੀ ਉਹਦੇ ਵੀ ਸੱਟ ਵੱਜੀ ਹੈ ਅਤੇ ਦੋਵਾਂ ਦੇ ਜਿਹੜਾ ਹੈਗਾ ਜਿਹਦੀ ਜਿਹੜੇ ਤਿੱਖੀ ਚੀਜ਼ ਨਾਲ ਵੱਜਣ ਨਾਲ ਜ਼ਿਆਦਾ ਡੀਪ ਕਰਕੇ ਅਤੇ ਉਹਦੇ 'ਤੇ ਮੁਕੱਦਮਾ ਦਰਜ ਕਰਕੇ ਉਹਦੀ ਅਰੈਸਟ ਪਾਈ ਗਈ ਹੈ। ਉਹਦੀ ਹਾਲਤ ਕਿਵੇਂ ਹੋਊਗੀ? ਪਹਿਲਾਂ ਥੋੜ੍ਹਾ ਜਿਹਾ ਸੀਰੀਅਸ ਸੀ, ਹੁਣ ਆਊਟ ਆਫ ਡੇਂਜਰ ਹੈ, ਪਰ ਫਿਰ ਵੀ ਅਸੀਂ ਉਹਦੇ 'ਤੇ ਨਿਗਰਾਨੀ ਰੱਖੀ ਜਾ ਰਹੀ।